بسم اللہ الرحمن الرحیم ਤੇ ਅਸਲਾਮ ਵਾਲੇਕਮ ਅੱਜ ਦੇ ਪੰਜਾਬੀ ਵੀਲੌਗ ਚ ਸਜਣਾ ਮਿੱਤਰਾ ਭੈਣਾ ਭਰਾਵਾਂ ਤੇ ਮਾਵਾ ਨੂੰ ਜੀ ਆਇਆਂ ਨੂੰ ਅੱਜ ਦੀ ਗੱਲ ਹੈ ਪੰਜਾਬ ਦੀ ਕੁੜੀ ਤੇ ਇੱਚੀ ਸੰਦਾ ਲੌਂਡਾ ਲਪਾੜਾ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕੋਈ ਮਖੌਲ ਕਰਨ ਦੇ ਆ ਪਰ ਦੁਆ ਕਰਾਣੇ ਇਹ ਤਖੱਲਸ ਆਪਣੇ ਆਪ ਆਪਾਸਤੇ ਆਪ ਹੀ ਚੁਣੇ ਨੇ ਮਸਲਨ ਮੇਰੀ ਜਿਹੜੀ ਬਾਜੀ ਮਰੀਮ ਨਵਾਜ਼ ਹੈ ਉਹਨੂੰ ਮੈਂ ਕੁੜੀ ਨਹੀਂ ਆਖ ਸਕਦਾ ਮੇਰੀ ਤੇ ਬਾਜੀ ਹੈ ਇੱਜ਼ਤ ਦੀ ਜਗਾ ਤੇ ਹੈ ਬਾਜੀ ਨੇ ਆਪ ਆਪਣੇ ਆਪ ਨੂੰ ਕੀ ਆਖਿਆ ਉਹ ਸੁਣੋ ਮੈਂ ਮੈਂ ਖੁਦ ਵੀ ਪੰਜਾਬੀ ਕੁੜੀ ਹਾਂ ਔਰ ਮੇਰਾ ਖਿਆਲ ਹੈ ਮੈਂ ਖੁਦ ਵੀ ਪੰਜਾਬੀ ਕੁੜੀ ਹਾਂ ਔਰ ਮੇਰਾ ਸੁਣ ਲਿਆ ਤੁਸੀਂ ਕਿ ਬਾਜੀ ਆਪ ਆਪਣੇ ਆਪ ਨੂੰ ਪੰਜਾਬ ਦੀ ਕੁੜੀ ਆਖਣ ਲਈਏ ਤੇ ਹੁਣ ਮੈਨੂੰ ਤੁਸੀਂ ਕੁਝ ਨਹੀਂ ਕਹਿਣਾ ਕਿਉਂਕਿ ਮੇਰੀ ਤੇ ਉਹ ਵੱਡੀ ਭੈਣ ਵੀ ਹੈ ਮੇਰੇ ਲਈ ਅਦਬ ਦੀ ਜਗਾ ਤੇ ਵੀ ਹੈ ਕਿਉਂਕਿ ਹੁਣ ਬਾਜੀ ਬਜ਼ਿੱਦ ਹੈ ਕਿ ਉਹ ਪੰਜਾਬ ਦੀ ਕੁੜੀ ਹੈ ਤੇ ਫਿਰ ਤਬਸਰਾ ਕਰਨਾ ਪੈਣਾ ਤੇ ਉਸ ਤੋਂ ਬਾਅਦ ਮੈਂ ਜਿਹੜਾ ਇਹ ਚੀਜ਼ਾਂ ਦਾ ਲੌਂਡਾ ਲਪਾੜਾ ਹੈ ਉਹ ਕੀ ਗੱਲ ਹੈ ਸਾਰੀ ਉੱਤੇ ਬਾਅਦ ਤਬਸਰਾ ਕਰਨਾ ਪਹਿਲਾਂ ਇਸ ਪਾਸੇ ਆ ਜਾਈਏ ਹੁਣ ਕੋਈ ਸਾਡੀ ਉਮਰ ਵੀ ਜਿਹੜੀ ਵਢੇਰੀ ਹੋ ਗਈ ਹੈ ਅਸੀਂ ਵੀ ਹੁਣ ਸਾਨੂੰ ਵੀ ਲੋਕ ਚਾਚਾ ਚਾਚਾ ਹੀ ਆਖਦੇ ਨੇ ਅੱਜ ਤੱਕ ਕੋ ਪੰਜ ਸਾਲ ਪਹਿਲਾਂ ਤੱਕ ਭਾਈ ਜਾਨ ਆਖਦੇ ਸਨ ਉਸ ਤੋਂ ਕੋ 5-7 ਸਾਲ ਪਹਿਲੇ ਤੱਕ ਲੋਕੀ ਕੋਈ ਨਾਛਾਂ ਲੈ ਲੈਂਦੇ ਸਨ ਉਸ ਤੋਂ 5 ਸਾਲ ਪਹਿਲੇ ਲੋਕੀ ਮੁੰਡਾ ਆਖ ਲੈਂਦੇ ਸਨ ਉਸ ਤੋਂ ਕੋ 10 ਸਾਲ ਪਹਿਲੇ ਲੋਕੀ ਕਾਕਾ ਆਖਦੇ ਸਨ ਇਹ ਸਫਰ ਜਿਹੜਾ ਹੁਣ ਚਾਚੇ ਤੱਕ ਪੜ ਗਿਆ ਸਾਡੇ ਬਾਰੇ ਵੀ ਬਾਜੀ ਜਿਹੜੀ ਹੈ ਮੇਰੀ ਉਮਰ ਤੋਂ ਵੀ ਕੋ 15 ਸਾਲ ਵੱਡੀ ਹੈ ਇਸ ਤੋਂ ਮੈਂ ਬਾਜੀ ਦਾ ਆਦਬ ਕਰਨਾ ਬਾਜੀ ਕੋਈ ਜਿਹੜੀ ਹੈ ਉਹ ਇਸ ਵੇਲੇ 60ਾਂ ਦੇ ਲਾਗੇ-ਲਾਗੇ ਅਪੜ ਗਈ ਹੈ 55 ਦੇ ਲਾਗੇ-ਲਾਗੇ ਬਾਜੀ ਸਾਡੀ ਇਸ ਸਾਰੇ ਮਾਹੌਲ ਦੇ ਵਿੱਚ ਬਾਜੀ ਨੇ ਜਿਹੜੀ ਗੱਲ ਆਖ ਦਿੱਤੀ ਹੈ ਕਿ ਮੈਂ ਤੇ ਆਪ ਪੰਜਾਬ ਦੀ ਕੁੜੀ ਹਾਂ ਹੁਣ ਚੇਤਾ ਕਰੋ ਕਿ ਬਾਜੀ ਆਪ ਆਖਦੀ ਬੜੇ ਫਖਰ ਨਾਲ ਔਰ ਇਹਦੇ ਚ ਸਾਡੇ ਲਈ ਬੜੀ ਇੱਜ਼ਤ ਦੀ ਜਗ੍ਹਾ ਤੇ ਹੈ ਮੈਂ ਦੱਸਿਆ ਬਾਰ-ਬਾਰ ਕਿ ਮੇਰੀ ਤੇ ਭੈਣ ਹੈ ਮੈਂ ਤੇ ਬੇਅਦਵੀ ਕਰਦਾ ਨਹੀਂ ਬਾਜੀ ਨੇ ਆਪ ਆਖਿਆ ਸੀ ਕਿ ਮੈਂ ਨਾਨੀ ਐ ਤੇ ਹੁਣ ਬਾਜੀ ਆਖਦੀ ਐ ਪੈਂ ਪੰਜਾਬ ਦੀ ਕੁੜੀ ਐ ਹੁਣ ਇਹ ਸਾਨੂੰ ਸਮਝ ਨਹੀਂ ਆਈ ਕਿ ਇਹ ਪੰਜਾਬ ਦੇ ਵਿੱਚ ਨਾਨੀ ਵੀ ਤੇ ਕੁੜੀ ਵੀ ਇਹ ਇੱਕ ਇੱਕੋ ਹੀ ਪੈਕੇਜ ਦੇ ਵਿੱਚ ਦੋ ਸਾਸ਼ੇ ਪੈਕ ਕਿਵੇਂ ਨਿਕਲਾ ਸਕਦੇ ਨੇ ਦੂਜੀ ਮੁਸੀਬਤ ਇਹ ਪੈ ਗਈ ਹੈ ਕਿ 60 ਸਾਲਾਂ ਦੇ ਵਿੱਚ ਵੈਸੇ ਤੇ ਬਾਜੀ ਨੂੰ ਵੀ ਅੱਲਾ ਲੰਬੀ ਵਧੇਰ ਉਮਰ ਦੇਵੇ ਤੇ ਨਾਲ ਉਹਦੇ-ਉਦੇ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਭੈਣਾਂ, ਮਾਮਾਂ, ਚਾਚੀਆਂ, ਮਾਸੀਆਂ ਨੇ ਸਾਰੀਆਂ ਨੂੰ ਅੱਲਾ ਜ਼ਿੰਦਗੀ ਦੇਵੇ ਪਰ ਪੰਜਾਬ 'ਚ 60-65 ਸਾਲਾਂ ਦੀਆਂ ਜਿਹੜੀ ਸਾਡੀ ਜੀਓ ਜੀ ਲਾਈਫ ਐਕਸਪੈਕਟੈਂਸੀ ਹੈ ਜਿਹੋ ਜੇ ਸਿਹਤ ਦੇ ਹਾਲਾਤ ਨੇ ਜਿਹੋ ਜੇ ਸਾਡੇ ਜੀਨਸ ਨੇ ਸਾਰੇ ਮਾਮਲਿਆਂ 'ਚ 60-65 ਦੇ ਵਿੱਚ ਬਹੁਤੇ ਸਾਰੇ ਲੋਕ ਨਿਭ ਜਾਂਦੇ ਨੇ ਉੱਤੇ ਤੁਰ ਜਾਂਦੇ ਨੇ ਤੇ ਜੇ ਹੁਣ 55 ਸਾਲਾਂ ਦੀਆਂ ਕੁੜੀਆਂ ਮਾਰਕੀਟ 'ਚ ਆ ਗਈਆਂ ਨੇ ਤੇ ਮੈਨੂੰ ਫਿਰ ਆਪ ਦੱਸੋ ਕਿ ਜਿਹੜੀਆਂ ਅਸਲ 'ਚ ਕੁੜੀਆਂ ਨੇ ਵਿਚਾਰੀਆਂ ਜਿਹੜੀਆਂ 18 20 ਸਾਲਾਂ ਤੋਂ ਸ਼ੁਰੂ ਹੁੰਦੀਆਂ ਨੇ ਤੇ 25 26 28 ਸਾਲ ਤੱਕ ਕੁੜੀਆਂ ਉਹਨਾਂ ਨੂੰ ਆਖਦੇ ਨੇ ਤੀਆਂ ਨੂੰ ਟੱਚ ਕਰ ਜਾਂਦੇ ਤੇ ਹੁੰਦੀਆਂ ਤੇ ਉਹ ਵੀ ਕੁੜੀਆਂ ਹੀ ਨੇ ਪਰ ਫਿਰ ਲੋਕੀ ਤੁਹਾਨੂੰ ਪਤਾ ਭੈੜੇ ਲੋਕੀ ਨੇ ਉਹ ਉਹਨਾਂ ਨੂੰ ਫਿਰ ਬਾਜੀਆਂ ਆਖਣਾ ਸ਼ੁਰੂ ਕਰ ਦਿੰਦੇ ਨੇ ਤੇ ਮੁਖੌਲ ਹਾਉਂਦੇ ਨੇ ਵਿੱਚ ਜਿਹੜਾ ਨਹੀਂ ਉਡਾਉਣਾ ਚਾਹੀਦਾ ਬਹਰਾਲ ਕੁੜੀ ਵਾਲੀ ਉਮਰ ਤੇ ਕੋਈ ਬੜਾ ਵੀ ਕੋਈ ਧੱਕ ਪੈਣ ਕੇ ਵੀ 30 ਸਾਲ ਤੱਕ ਹੀ ਰਹਿੰਦੀ ਉਸ ਤੋਂ ਬਾਅਦ ਕਿਸੇ ਨੂੰ ਕੁੜੀ ਨਹੀਂ ਆਖਿਆ ਜਾ ਸਕਦਾ ਹਾਂ ਆਪਣੇ ਆਪ ਨੂੰ ਆਪਣਾ ਰਾਂਝਾ ਰਾਜ਼ੀ ਕਰਨਾ ਹੋਵੇ ਤੇ ਜਦੋਂ ਮਰਜ਼ੀ ਆਖ ਲੋ ਕਿਹੜਾ ਕਿਸ ਬਾਰਲੇ 30 ਸਾਲਾਂ ਤੱਕ ਦੀ ਹੁਣ ਜੇ ਬਾਜੀ ਵੀ 55 ਸਾਲਾਂ ਚ ਕੁੜੀ ਐ ਤੇ ਫਿਰ ਮੈਨੂੰ ਇਹ ਦੱਸੋ ਔਰ ਨਾਲ ਬਾਜੀ ਆਂਦੀ ਐ ਵੀ ਮਾਨੀ ਵੀ ਐ ਤੇ ਜੇ ਇਹ ਦੋਨੋਂ ਗੱਲਾਂ ਇਕੱਠੀਆਂ ਨੇ ਸਾਸ਼ੇ ਪੈਗ ਦੋਵੇਂ ਇੱਕੋ ਡੱਬੇ ਚ ਪੈਕ ਨੇ ਤੇ ਇਹ ਪਹਿਲਾਂ ਤੇ ਤੁਸੀਂ ਮੇਰੀ ਮਦਦ ਕਰੋ ਤੁਸੀਂ ਮੈਨੂੰ ਇਹ ਗੱਲ ਸੋਲਵ ਕਰਕੇ ਦਿਓ ਵੀ ਇਹ ਮਾਮਲਾ ਹੈ ਕੀ ਉਸ ਤੋਂ ਬਾਅਦ ਮੈਨੂੰ ਦੂਜਾ ਮਸਲਾ ਇਹ ਹੈ ਕਿ ਜਿਹੜੀਆਂ ਕੁੜੀਆਂ ਅਸਲ ਦੇ ਵਿੱਚ 5ੀਆਂ 3ੀਆਂ 20 ਸਾਲਾਂ ਵਾਲੀਆਂ ਕੁੜੀਆਂ ਨੇ ਫਿਰ ਉਹਨਾਂ ਨੂੰ ਹੁਣ ਕੀ ਆਖਿਆ ਕਰੀਏ ਕਾਕੀਆਂ ਆਖਣਾ ਸ਼ੁਰੂ ਕਰੀਏ ਬੱਚੀਆਂ ਆਖਣਾ ਸ਼ੁਰੂ ਕਰੀਏ ਬੇਬੀ ਆਖਣਾ ਸ਼ੁਰੂ ਕਰੀਏ ਕੀ ਉਹਨਾਂ ਨੂੰ ਆਖਣਾ ਸ਼ੁਰੂ ਕਰੀਏ ਮਤਲਬ ਜਿਹੜੀਆਂ ਅਗਰ 55 ਸਾਲਾਂ ਵਾਲੀ ਕੁੜੀ ਆਖਣੀ ਹੈ ਅਸੀਂ ਪੰਜਾਬ ਦੀ ਤੇ ਫਿਰ ਜਿਹੜੀ 20 5ੀਆਂ 28 ਸਾਲਾਂ ਵਾਲੀ ਬੱਚੀ ਏ ਉਹਨੂੰ ਤੇ ਫਿਰ ਬੱਚੀ ਆਖਣਾ ਪੈਣਾ ਹੈ ਉਹਨੂੰ ਫਿਰ ਕੁੜੀ ਤੇ ਨਹੀਂ ਆਖ ਸਕਦੇ ਉਹਨੂੰ ਤੇ ਬੇਟਾ ਹੀ ਆਖਾਂਗੇ ਬੱਚੀ ਆਖਾਂਗੇ ਤੇ ਬਾਜੀ ਨੇ ਇੱਕ ਤੇ ਇਹ ਜਿਹੜੇ ਨਾ ਪਾਸੇ ਹੀ ਭਾਂ ਕੇ ਰੱਖ ਦਿੱਤੇ ਨੇ ਹਰਸ਼ਾ ਦੇ ਇੱਕ ਤੇ ਇਹ ਗੱਲ ਹੁਣ ਤੁਸੀਂ ਦੂਜੀ ਗੱਲ ਦੇ ਉੱਤੇ ਫੋਕਸ ਕਰ ਰਹੇ ਹੋਵੋਗੇ ਕਿ ਐ ਮੈਂ ਕੀ ਗੱਲ ਕੀਤੀ ਇਹ ਚੀਜ਼ਾਂ ਦਾ ਲੌਂਡਾ ਲਪਾੜਾ ਵੇਖੋ ਇਹ ਨਾਂ ਉਹਨਾਂ ਨੂੰ ਮੈਂ ਨਹੀਂ ਦਿੱਤਾ ਮੈਨੂੰ ਚੰਗਾ ਮੈਨੂੰ ਪਤਾ ਹੈ ਕਿ ਨਾਂ ਚੰਗਾ ਕੋਈ ਨਹੀਂ ਉਹ ਕਿਉਂਕਿ ਸਾਰੇ ਜਹਾਨ ਨੂੰ ਆਪ ਲੌਂਡਾ ਲਪਾੜਾ ਆਖਦੇ ਨੇ ਮੈਂ ਮਨਸੂਰ ਅਲੀ ਖਾਨ ਸਾਹਿਬ ਦੀ ਗੱਲ ਕਰਨਾ ਉਹਨਾਂ ਨੂੰ ਬੜਾ ਸ਼ੌਕ ਹੈ ਤੇ ਗੱਲਾਂ ਵੀ ਥੋੜੀਆਂ ਜੀਆਂ ਉਹਨਾਂ ਦੀਆਂ ਮਾਮੇ ਮੂਦੇ ਵਾਲੀਆਂ ਹੀ ਨੇ ਸਟਾਈਲ ਵੀ ਮਾਮੇ ਮੂਦੇ ਵਾਲਾ ਹੀ ਹੈ ਤੇ ਸਾਰੀ ਰੰਗਬਾਜ਼ੀ ਗੱਲਬਾਤ ਪੂਰੀ ਦੀ ਪੂਰੀ ਉਹ ਮੱਥੇ ਰੰਗ ਦੇਾਂਗੇ ਉਹੀ ਉਹ ਚੱਕਰ ਹੈ ਸਾਰੇ ਦਾ ਸਾਰਾ ਮਾਮੇ ਮੂਦੇ ਵਾਲਾ ਤੇ ਉਹ ਦੂਜਿਆਂ ਨੂੰ ਲੌਂਡਾ ਲਪਾੜਾ ਨਾ ਦਿੰਦੇ ਨੇ ਔਰ ਇੰਨੇ ਤਵਾਤਰ ਨਾਲ ਵਾਰ-ਵਾਰ ਬਦੋ ਬਦੀ ਹਰ ਬੰਦੇ ਨੂੰ ਲੌਂਡਾ ਲਪਾੜਾ ਆਖਦੇ ਨੇ ਤੇ ਅਸੀਂ ਆਖਿਆ ਅਸੀਂ ਵੀ ਬਿੰਦੇ ਚੱਕੇ ਆਖਦੇ ਨੇ ਫਿਰ ਉਹਨਾਂ ਨੂੰ ਬਿੰਦੇ ਚਿੱਟੇ ਲੌਂ ਹੁਣ ਲੌਂਡਾ ਲਪਾੜਾ ਜੀ ਨੇ ਇੱਕ ਬਿਆਨ ਦਿੱਤਾ ਹੈ ਬਲਕਿ ਪੂਰਾ ਵੀਲੌਕ ਕੀਤਾ ਹੈ ਤੇ ਮੈਂ ਕਿਹਾ ਉਹਦੀ ਤਫਸੀਲ ਤੁਹਾਡੇ ਸਾਹਮਣੇ ਰੱਖਣਾ ਬੜਾ ਜ਼ਰੂਰੀ ਹੈ ਹੋਇਆ ਕੁਝ ਇੰਜ ਇੰਜ ਕਿ ਲਾਹੌਰ ਦੇ ਵਿੱਚ ਇੱਕ ਬੜਾ ਚੰਗਾ ਸਕੂਲ ਹੈ ਐਚੀਸਨ ਕਾਲਜ ਨੂੰ ਆਖਦੇ ਨੇ ਸਕੂਲ ਆਖ ਲੋ ਕਾਲਜ ਆਖ ਲੋ ਜੋ ਵੀ ਆਖਣਾ ਉਹ ਉਹ ਤੋਮ ਇਮਰਾਨ ਖਾਨ ਸਾਹਿਬ ਵੀ ਪੜੇ ਨੇ ਬੜੇ ਮੰਨੇ ਪਰਮੰਨੇ ਲੋਗ ਉੱਥੋਂ ਪੜੇ ਨੇ ਪਰ ਇਹਦੇ ਨਾਲ ਫਰਕ ਨਹੀਂ ਪੈਂਦਾ ਚੰਗੇ ਬੰਦੇ ਵੀ ਉਸੇ ਥਾਂ ਤੋਂ ਪੜੇ ਹੁੰਦੇ ਨੇ ਤੇ ਭੈੜੇ ਵੀ ਪੜੇ ਹੁੰਦੇ ਨੇ ਜੇ ਇਮਰਾਨ ਖਾਨ ਸਾਹਿਬ ਅਰਗਾ ਸੁਤਰਾ ਔਰ ਨਾਰਾਦਮੀ ਉੱਥੋਂ ਪੜਿਆ ਹੈ ਤਾਂ ਉੱਥੋਂ ਕੋਈ ਲੋਂਡੇ ਲਪਾੜੇ ਅਰਗੇ ਵੀ ਪੜ ਗਏ ਹੋਣਗੇ ਜਿਵੇਂ ਗਵਰਨਮੈਂਟ ਕਾਲਜ ਲਾਹੌਰ ਤੋਂ ਬੜੀਆਂ ਬੜੀਆਂ ਹਸਤੀਆਂ ਪੜੀਆਂ ਨੇ ਤੁਤ ਨਵਾਜ਼ੀਬ ਸਾਹਿਬ ਵੀ ਪੜੇ ਨੇ ਤੇ ਇਹ ਕੋਈ ਸਿਰਫ ਕਿਸੇ ਜਗ੍ਹਾ ਤੋਂ ਪੜਨ ਨਾਲ ਬੰਦਾ ਜਿਹੜਾ ਹੈ ਨਾ ਉਹ ਕਿਸੇ ਕਾਬਿਲ ਨਹੀਂ ਬਣ ਜਾਂਦਾ ਉਹਦੀ ਆਪਣੀ ਫਿਤਰਤ 'ਚ ਵੀ ਕੋਈ ਸ਼ੈ ਹੋਣੀ ਚਾਹੀਦੀ ਬਹਰਾਲ ਹੋਇਆ ਕੋ ਜਿੰਜੇ ਕੇ ਬਾਜੀ ਮਰੀਮ ਜਿਹੜੀ ਹੈ ਉਹ ਜਾਣਾ ਚਾਹਦੀ ਸੀ ਐਚੀਸਨ ਕਾਲਜ ਤੇ ਉਹਨੇ ਕਿਸੇ ਬਿਊਰੋਕ੍ਰੇਟ ਦੇ ਥਰੂ ਉਹਨਾਂ ਉਹਨਾਂ ਨੂੰ ਆਖਿਆ ਕਿ ਮੈਂ ਇੱਥੇ ਆਉਣਾ ਚਾਹੁੰਦੀ ਹਾਂ ਉਹਨਾਂ ਨੇ ਬਾਜੀ ਨੂੰ ਜਿਹੜਾ ਉਹ ਪੈਗਾਮ ਭੇਜਦਾ ਕਿ ਜੀ ਆਓ ਉਹ ਜੇ ਇਸ ਵੇਲੇ ਪੈਗਾਮ ਭੇਜਿਆ ਤੇਰੇ ਹਰਸਲ ਦੇ ਵਿੱਚ ਬੱਚਿਆਂ ਨੂੰ ਪਤਾ ਲੱਗਾ ਜਾਂ ਉਸ ਤੋਂ ਪਹਿਲਾਂ ਜਿਹੜੇ ਕਾਰਡ ਛਾੜ ਕੋ ਮਾੜੇ ਚੰਗੇ ਕੋਈ ਛਪੇ ਜਾਂ ਕੋਈ ਗੱਲਬਾਤ ਹੋਈ ਕਿ ਜੀ ਬਾਜੀ ਆ ਰਹੀ ਹੈ ਜਾਂ ਵੈਸੇ ਹੀ ਵਰਬਲੀ ਨਿਕਲੀ ਉਹ ਗੱਲਬਾਤ ਤੇ ਜਿਹੜੇ ਬੱਚੇ ਸੀ ਉਹ ਨਾ ਵੀ ਰੌਲਾ ਪਾਤਾ ਤੇ ਉਹਨਾਂ ਦੇ ਪੇਰੈਂਟਸ ਨੇ ਵੀ ਰੌਲਾ ਪਾਤਾ ਤੇ ਪੈ ਖਾਬੇਈ ਕਹੀ ਕਿ ਇੱਥੇ ਤੇ ਫਿਰ ਜੰਗੋ ਜਦਲ ਹੋ ਜਾਏਗਾ ਮੈਂ मतलब ਕਿ ਨਾਰੇ ਸ਼ਾਰੇ ਵਜਣਗੇ ਤੇ ਕੰਮ ਹੋ ਜਾਏਗਾ ਖਰਾਬ ਉਹ ਬਿਊਰੋਕ੍ਰੇਟ ਨੂੰ ਉਹਨਾਂ ਦੱਸਿਆ ਇਹ ਚੀਜ਼ਾਂ ਨਾਲਿਆਂ ਨੇ ਕਿ ਜੀ ਅਸੀਂ ਨਹੀਂ ਇਸ ਵੇਲੇ ਸੱਜ ਸਕਦੇ ਮਸਤਕਬਿਲ ਚ ਸੱਜਾਂਗੇ ਔਰ ਤੁਸੀਂ ਵੇਖੋਗੇ ਆਉਣ ਵਾਲੇ ਵਕਤ ਦੇ ਵਿੱਚ ਬਾਜੀ ਉੱਤੇ ਜਾਏਗੀ ਬਾਜੀ ਨੂੰ ਬੜਾ ਸ਼ੌਕ ਹੈ ਉੱਤੇ ਜਾਣ ਦਾ ਕਿਉਂਕਿ ਉੱਤੇ ਇਮਰਾਨ ਖਾਨ ਸਾਹਿਬ ਪੜ੍ਹੇ ਹੋਏ ਨੇ ਉੱਥੇ ਅੱਛਾ ਉਹ ਹੁਣ ਬਾਜੀ ਨੂੰ ਜਿਸ ਵੇਲੇ ਬਿਊਰੋਕਰੇਟ ਉਹ ਜਿਹੜਾ ਬੜਾ ਸੀਨੀਅਰ ਬਿਊਰੋਕਰੇਟ ਸੀ ਉਹਨੇ ਆਖਿਆ ਵੀ ਨਾ ਜਾਈਏ ਤੇ ਬਿਹਤਰ ਹੈ ਇੱਜ਼ਤ ਇਹਦੇ ਚ ਹੀ ਹੈ ਤੇ ਇਹ ਉਹਨਾਂ ਨੇ ਕੈਨਸਲ ਕਰਤਾ ਇਹ ਚੀਜ਼ਾਂ ਵਾਲਿਆਂ ਨੇ ਤੇ ਬਾਜੀ ਉੱਥੇ ਨਹੀਂ ਗਈ ਇਹ ਖਬਰ ਜਿਹੜੀ ਹੈ ਸਾਬਰ ਸ਼ਾਕਰ ਸਾਹਿਬ ਨੇ ਇੱਕ ਵੀਡੀਓ ਟਵੀਟ ਕੀਤੀ ਦੂਜੇ ਲੋਕਾਂ ਕੀਤੀ ਇਹ ਖਬਰ ਮਾਰਕੀਟ ਦੇ ਵਿੱਚ ਨਿਕਲ ਆਈ ਔਰ ਦੇ ਦਿੱਤੀ ਗਈ ਔਰ ਇਹ ਮਿੰਨੂ ਖਬਰ ਜਿਹੜੀ ਹੈ ਉਹ ਮਾਰਕੀਟ ਤੇ ਖਬਰ ਪਹਿਲਾਂ ਆ ਗਈ ਸੀ ਲੇਕਿਨ ਮਿੰਨੂ ਇੱਕ ਐਸੇ ਬੰਦੇ ਦੇ ਬੰਦੇ ਨੇ ਖਬਰ ਦਿੱਤੀ ਜਿਹਦੇ ਬੱਚੇ ਨੂੰ ਉੱਥੇ ਅਵਾਰਡ ਮਿਲ ਰਿਹਾ ਸੀ ਜਿਸ ਤਕਰੀਬ ਚ ਬਾਜੀ ਮਰੀਮ ਨੇ ਜਾਣਾ ਸੀ ਉਸ ਤਕਰੀਬ ਚ ਉਸ ਬੰਦੇ ਦੇ ਸਾਡੇ ਯਾਰ ਸੱਜਣ ਦੇ ਇੱਕ ਬੱਚੇ ਨੂੰ ਅਵਾਰਡ ਮਿਲ ਰਿਹਾ ਸੀ ਉਹਨੇ ਜਿਹੜੀ ਈਮੇਲ ਕੀਤੀ ਜਿਹੜੀ ਉਹਨੇ ਸਕੂਲ ਇੰਤਜ਼ਾਮੀਆਂ ਨੂੰ ਉਹ ਵੀ ਮੈਨੂੰ ਕੱਲੀ ਤੇ ਉਹਨੇ ਮੈਨੂੰ ਨਾਲੇ ਦੱਸਿਆ ਵੀ ਕਿ ਅਸੀਂ ਸਾਰੇ ਜਿਹੜੇ ਪੇਰੈਂਟਸ ਐ ਮਾਂ ਪਿਓ ਐ ਵਾਲਦਾਂ ਨੇ ਬੱਚਿਆਂ ਦੇ ਅਸੀਂ ਸਾਰਿਆਂ ਨੇ ਇਕੱਠ ਕਰਕੇ ਸਕੂਲ ਨਾਲ ਗੱਲ ਕੀਤੀ ਪਏ ਨੂੰ ਨਾ ਸੱਦੋ ਸਾਨੂੰ ਕਬੂਲ ਨਹੀਂ ਵਰਨਾ ਅਸੀਂ ਨਹੀਂ ਜੇ ਆਣਾ ਸਾਡੇ ਬੱਚਿਆਂ ਵੀ ਇਨਾਮ ਲੈਣ ਨਹੀਂ ਆਣਾ ਉਧਰ ਇਹ ਗੱਲ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੀ ਕਿ ਜੀ ਇਹ ਗੱਲ ਹੋਈ ਉਹਨ ਲੌਂਡਾ ਲਪਾੜਾ ਜੀ ਕਿਉਂਕਿ ਸਪੋਕਸ ਪਰਸਨ ਨੇ ਤੁਹਾਨੂੰ ਪਤਾ ਹੈ ਕਿ ਉਹ ਬਾਜੀ ਮਰੀਮ ਦੇ ਹੱਥ ਦਾ ਲਫਾਫਾ ਨੇ ਤੇ ਲੋਂਡਾ ਲਪਾੜਾ ਜੀ ਨੇ ਪੂਰਾ ਵੀਲੌਗ ਕਰ ਛੜਿਆ ਬਾਜੀ ਮਰੀਮ ਦੀ ਬਿਸਤੀ ਤੋਂ ਵਾਸਤੇ ਹੁਣ ਲੋਂਡਾ ਲਪਾੜਾ ਜੀ ਕੀ ਆਖਦੇ ਨੇ ਸੁਣੋ ਉਹ ਆਖਦੇ ਨੇ ਕਿ ਜਿਹੜੀ ਸਾਡੀ ਪੰਜਾਬ ਦੀ ਕੁੜੀ ਹੈ ਮਤਲਬ ਮੇਰੀ ਬਾਜੀ ਮਰੀਮ ਨਵਾਜ਼ ਇਹ ਐਚਐਸਨ ਵਾਲੇ ਇਹਨਾਂ ਨੂੰ ਪਹਿਲਾਂ ਆਰਮੀ ਚੀਫ ਸਾਹਿਬ ਨੂੰ ਸੱਦਣਾ ਚਾਹੁੰਦੇ ਸਨ ਉਹ ਮਸਰੂਫ ਸਨ ਤੇ ਉਹ ਨਹੀਂ ਆ ਸਕੇ ਉਸ ਤੋਂ ਬਾਅਦ ਉਹ ਮੋਸਨ ਨਕਵੀ ਸਾਹਿਬ ਨੂੰ ਸੱਦਣਾ ਚਾਹੁੰਦੇ ਸਨ ਉਹ ਵੀ ਮਸਰੂਫ ਸਨ ਲੈ ਦੱਸੋ ਮੋਸਨ ਨਕਵੀ ਸਾਹਿਬ ਅੱਜਕੱਲ ਕੀ ਸਾਈਕਲਾਂ ਨੂੰ ਪੈਂਚਰ ਲਾਉਂਦੇ ਨੇ ਉਹਨਾਂ ਦੀ ਕਾਦੀ ਮਸਰੂਫੀਅਤ ਹੈ ਤੇ ਲੂਰ ਲੂਰ ਫਿਰਦੇ ਨੇ ਕੋ ਸੈਨੀਟਰ ਬਣਨ ਉਸ ਤੋਂ ਬਾਅਦ ਵਜ਼ੀਰੇ ਦਾਖਲਾ ਬਣਨ ਹਰ ਥਾਂ ਤੇ ਵਿਹਲੇ ਫਿਰਨ ਦੇ ਉਹਨਾਂ ਨੂੰ ਐਚੀਸਨ ਅਰਗੇ ਥਾਂ ਤੇ ਸੱਦਿਓ ਨਾ ਭੱਜੇ ਚਲੇ ਜਾਣਾ ਉਹ ਵਿਹਲੇ ਬੈਠੇ ਨੇ ਅੱਜਕੱਲ ਬਾਹਰ ਲੌਂਡਾ ਲਪੜਾ ਜੀ ਦੇ ਮੁਤਾਬਕ ਉਹ ਵੀ ਮਸਰੂਫ ਸਨ ਨਹੀਂ ਆ ਸਕੇ अच्छा फिर और ਨਾਲ ਲੋਂਡਾ ਲਪਾੜਾ ਜੀ ਇਹ ਦੱਸ ਰਹੇ ਨੇ ਕਿ ਉੱਥੇ ਬੜੀਆਂ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਨੂੰ ਬੁਲਾਇਆ ਜਾਂਦਾ ਐਵੇਂ ਕੈਵੇਂ ਸ਼ਖਸੀਅਤਾਂ ਨੂੰ ਉੱਥੇ ਨਹੀਂ ਬੁਲਾਇਆ ਜਾਂਦਾ ਔਰ ਨਾਲ ਸਾਡੇ ਵਰਗੇ ਲੋਕਾਂ ਨੂੰ ਦੱਸਣ ਦੇ ਇਹ ਨੇ ਕਿ ਇਹ ਐਵੇਂ ਕੈਵੇਂ ਦਾ ਸਕੂਲ ਨਹੀਂ ਹੈ ਤੁਹਾਡੇ ਵਰਗਾ ਸਕੂਲ ਨਹੀਂ ਹੈ ਐਵੇਂ ਹੀ ਫਟੀਚਰ ਇਹ ਐਚੀਸਨ ਹੈ ਜਨਾਬ ਬਿਲਕੁਲ ਐਚੀਸਨ ਹੋਏਗਾ ਅਸੀਂ ਤੇ ਉਥੋਂ ਐਵੇਂ ਕਵੇਂ ਦੇ ਸਕੂਲਾਂ ਤੋਂ ਪੜ੍ਹ ਕੇ ਤੇ ਜਿਹੜਾ ਐਚੀਸਨ ਦਾ ਵੀ ਫਿਰ ਗਾਂ ਪਿਓ ਸਕੂਲ ਨੇ ਤੇ ਯੂਨੀਵਰਸਟੀਆਂ ਨੇ ਉਹਨਾਂ ਚ ਪੜ੍ਹਾ ਤੇ ਪੜ੍ਹ ਵੀ ਲਿਆ ਤੇ ਇਹ ਹੀ ਸਮਝ ਆਈ ਪਈ ਸਕੂਲ ਤੇ ਕਾਲਜ ਨਾਲ ਬੰਦਾ ਵੱਡਾ ਨਹੀਂ ਹੁੰਦਾ ਬੰਦਾ ਆਪਣੀ ਵਿੜਿਆਈ ਨਾਲ ਵੱਡਾ ਹੁੰਦਾ ਵਾਰਿਸ ਸ਼ਾਹ ਸਾਹਿਬ ਤੇ ਕਿਸੇ ਐਚੀਸਨ ਤੇ ਕਿਸੇ ਵੱਡੀ ਯੂਨੀਵਰਸਿਟੀ ਤੋਂ ਨਹੀਂ ਪੜ੍ਹੇ ਸੀ ਪਰ ਅੱਜ ਤੱਕ ਲੋਕੀ ਉਹਨਾਂ ਨੂੰ ਹੀ ਚੇਤੇ ਕਰਦੇ ਨੇ ਤੇ ਇਸੇ ਤਰੀਕੇ ਦੇ ਨਾਲ ਬੁੱਲੇ ਸ਼ਾਹ ਤੇ ਕਿਸੇ ਵੱਡੀ ਯੂਨੀਵਰਸਿਟੀ ਚ ਨਹੀਂ ਸੀ ਗਏ ਪਰ ਜਿਹੜੀ ਅਕਲ ਜਿਹੜੀ ਦਾਨਿਸ਼ ਜਿਹੜੀ ਜਿਹੜੀ ਦਰਬੇਸ਼ੀ ਰੱਬ ਉਹਨਾਂ ਨੂੰ ਦੇ ਚੜੀ ਉਹ ਕਿਸੇ ਨੂੰ ਵੀ ਨਹੀਂ ਦੇ ਚੜੀ ਤੇ ਇਹ ਅਨਾਇਤ ਰੱਬ ਦੀ ਹੁੰਦੀ ਹੈ ਲੌਂਡਾ ਲਪਾੜਾ ਜੀ ਇਹ ਸਕੂਲਾਂ ਤੇ ਕਾਲਜਾਂ ਦੀ ਨਹੀਂ ਹੁੰਦੀ ਮੈਂ ਅੱਗੇ ਦੱਸਿਆ ਵੀ ਉਸੇ ਗਵਰਨਮੈਂਟ ਕਾਲਜ ਤੋਂ ਵੇਖੋ ਕਿੱਡੇ ਕਿੱਡੇ ਵੱਡੇ ਦਾਨਿਸ਼ਵਰ ਪੜੇ ਤੇ ਉੱਥੋਂ ਹੀ ਨਿਵਾਸ਼ ਸਿੰਘ ਸਾਹਿਬ ਪੜੇ ਜਿਨ੍ਹਾਂ ਦੇ ਸਿਰ 'ਚ ਦਿਮਾਗ ਦੇ ਥਾਂ ਤੇ ਪਾਏ ਤੇ ਖੇਦ ਤੇ ਜ਼ੁਬਾਨ ਉਹ ਸ਼ਾਵਾਂ ਦੇ ਨਿਸ਼ਾਨ ਹੀ ਦਰਜ ਨੇ ਹੋਰ ਕੁਝ ਨਹੀਂ ਉਹ ਸੋਚ ਸਕਦੇ ਬਹਰਲ ਮੁਖਤਸਰ ਗੱਲ ਇਹ ਕਿ ਲੌਂਡਾ ਲਪਾੜਾ ਜੀ ਨੇ ਤਿੰਨ ਚਾਰ ਗੱਲਾਂ ਮੰਨੀਆਂ ਤੇ ਤਿੰਨ ਚਾਰ ਗੱਲਾਂ ਤੇ ਬਰੀਕ ਵਾਰਦਾਤ ਪਾਈ ਇੱਕ ਤੇ ਗੱਲ ਇਹ ਮੰਨੀ ਕਿ ਆਰਮੀ ਚੀਫ ਸਾਹਿਬ ਜਦੋਂ ਨਹੀਂ ਉੱਥੇ ਮਸਰੂਫ ਮਸਰੂਫ ਸਰ ਨਾ ਆ ਸਕੇ ਤੇ ਨਕਵੀ ਸਾਹਿਬ ਨਾ ਆ ਸਕੇ ਤੇ ਉਸ ਤੋਂ ਬਾਅਦ ਅਗਲੀ ਚੁਆਇਸ ਸਕੂਲ ਵਾਲਿਆਂ ਦੀ ਜਿਹੜੀ ਹੈ ਨਾ ਜੀ ਸਕੂਲ ਵਾਲਿਆਂ ਦੀ ਚੁਆਇਸ ਉਹ ਬਾਜੀ ਮਰੀਮ ਸੀ ਇੱਕ ਤੇ ਹੁਣ ਇਹ حساب ਲਾਓ ਕਿ ਬਾਜੀ ਮਰੀਮ ਨੂੰ ਵਜ਼ੀਰਿਆਲਾ ਬਣਿਆ ਜਿਮਾ ਜਿਮਾ 8 ਦਿਨ ਹੋਏ ਨੇ ਸਕੂਲ ਇਹੋ ਜਿਹਾ ਇੰਤਜ਼ਾਮ 2 ਮਹੀਨੇ ਪਹਿਲਾਂ ਕਰਦਾ ਹੈ ਚੁਆਇਸ ਇਥੋਂ ਪਹਿਲਾਂ ਤੇ ਲੌਂਡਾ ਲਪਾੜਾ ਜੀ ਦਾ ਝੂਠ ਫੜਿਆ ਜਾਂਦਾ ਕਿ ਸਕੂਲ ਜਾਂ ਕੋਈ ਵੀ ਅਦਾਰਾ ਜੇ ਕਿਸੇ ਨੂੰ ਚੀਫ ਗੈਸਟ ਬੁਲਾਉਂਦਾ ਤਾਂ 2-3 ਮਹੀਨੇ ਪਹਿਲਾਂ ਕਈ ਵਾਰੀ 6-6 ਮਹੀਨੇ ਸਾਲ-ਸਾਲ ਪਹਿਲੇ ਹੁੰਦਾ ਲੇਕਿਨ 2-3 ਮਹੀਨੇ ਪਹਿਲੇ ਤੇ ਪੁੱਛਣਾ ਪੈਂਦਾ ਕਿਉਂਕਿ ਜਿਹੜੇ ਵੀ ਵੱਡੇ ਉਹਦਿਆਂ ਤੇ ਬੰਦੇ ਬੈਠੇ ਹੁੰਦੇ ਨੇ ਉਹ ਅਗਲੇ ਦਿਨ ਤੁਸੀਂ ਇਹ ਥੋੜੀ ਕਹਿੰਦੇ ਉਹ ਕੋ ਢਿੰਡੇ ਥੋੜੇ ਪਕਾਉਂਦੇ ਹੁੰਦੇ ਨੇ ਕੋ ਢਿੰਡੇ ਪਕਾਉਣਾ ਮਾੜੀ ਗੱਲ ਨਹੀਂ ਲੇਕਿਨ ਉਹਨਾਂ ਦੇ ਮਤਲਬ ਕਹਿਣ ਦਾ ਮਤਲਬ ਹੈ ਕਿ ਹੋਰ ਬੜੇ ਸਾਰੇ ਕੰਮ ਹੁੰਦੇ ਨੇ ਉਹਨਾਂ ਦੀ ਜ਼ਿੰਮੇ ਤੇ ਉਹਨਾਂ ਦਾ 3 ਮਹੀਨੇ 4 ਇਥੋਂ ਇੱਕ ਗੱਲ ਤੇ ਸਾਬਤ ਹੋ ਗਈ ਕਿ ਐਚੀਸਨ ਦੀ ਕਦੀ ਵੀ ਪ੍ਰੈਫਰੈਂਸ ਬਾਜੀ ਨਹੀਂ ਸੀ ਕਿਉਂਕਿ ਬਾਜੀ ਤਾਂ ਤਾਂ ਚੀਫ ਮਿਨਿਸਟਰ ਹੀ ਨਹੀਂ ਸੀ ਆ ਗਈ ਬਾਜੀ ਬਣੀ ਚੀਫ ਮਿਨਿਸਟਰ ਹੋਣ ਤੇ ਐਚੀਸਨ ਨੇ ਤੇ ਆਪਣੀ ਪਲੈਨਿੰਗ ਪਹਿਲਾਂ ਦੀ ਕੀਤੀ ਹੋਣੀ ਹੈ 2-3 ਮਹੀਨੇ ਤੇ ਪਹਿਲਾਂ ਝੂਠ ਤੇ ਲੌਂਡੇ ਲਪਾੜੇ ਦਾ ਇੱਥੇ ਪੜਿਆ ਗਿਆ ਬਾਜੀ ਨੇ ਕਿਉਂਕਿ ਬਿਊਰੋਕ੍ਰੇਟ ਨੂੰ ਆਪ ਆਖਿਆ ਕਿ ਉਹਨਾਂ ਨੂੰ ਆਖੋ ਮੈਨੂੰ ਸੱਦੋ ਤੇ ਬਾਜੀ ਦੇ ਪ੍ਰੈਸ਼ਰ ਤੇ ਸਕੂਲ ਵਾਲਿਆਂ ਚਲੋ ਆਖਿਆ ਚਲੋ ਹੁਣ ਚੀਫ ਮਿਨਿਸਟਰ ਬਣ ਗਈ ਸੱਦ ਲੈਨੇ ਤੇ ਅੱਗੋਂ ਜੋ ਵਾਲਦੈਨ ਨੇ ਕੀਤਾ ਮਾਂ ਪਿਓ ਨੇ ਕੀਤਾ ਯਾਨਿਆਂ ਨੇ ਕੀਤਾ ਉਹ ਤੁਹਾਨੂੰ ਮੈਂ ਦੱਸ ਦਿੱਤਾ ਉਸ ਤੋਂ ਬਾਅਦ ਲੋਂਡਾ ਲਪਾੜਾ ਜੀ ਇੱਥੇ ਦੂਜੀ ਬਰੀ ਗੇਮ ਪਾਉਂਦੇ ਨੇ ਉਹ ਦੂਜੀ ਬਰੀ ਗੇਮ ਇਹ ਪਾਉਂਦੇ ਨੇ ਕਿ ਬਾਜੀ ਅਸਲ ਦੇ ਵਿੱਚ ਮਸਰੂਫ ਸੀ ਬਾਜੀ ਵੇਲੀ ਨਹੀਂ ਸੀ ਹੈਗੀ ਬਾਜੀ ਮਸਰੂਫ ਸੀ ਇਸ ਲਈ ਬਾਜੀ ਜਿਹੜੀ ਹੈ ਨਾ ਉਹ ਬਾਜੀ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਸੱਦਿਆ ਮਤਲਬ ਇਹ ਵੀ ਮੰਨ ਲਿਆ ਕਿ ਬਾਜੀ ਜਾਣਾ ਚਾਹ ਮਤਲਬ ਕਿ ਬਾਜੀ ਨੂੰ ਇਨਵੀਟੇਸ਼ਨ ਆਇਆ ਇਹ ਮੰਨ ਲਿਆ ਲੋਂਡਾ ਲਪਾੜਾ ਜੀ ਨੇ ਔਰ ਇਹ ਵੀ ਮੰਨ ਲਿਆ ਕਿ ਬਾਜੀ ਫਿਰ ਉੱਥੇ ਨਹੀਂ ਜਾ ਸਕੀ ਇਹ ਵੀ ਮੰਨ ਲਿਆ ਕਿ ਬਾਜੀ ਨੂੰ ਸੱਦਾ ਉੱਥੋਂ ਆਇਆ ਸੀ ਸਮਝ ਗਏ ਹੋ ਨਾ ਗੱਲ ਇਹ ਕਿਉਂਕਿ ਇਨਕਾਰ ਨਹੀਂ ਸੀ ਹੋ ਸਕਦਾ ਬੱਚਿਆਂ ਨੂੰ ਦੱਸਿਆ ਸੀ ਸਕੂਲ ਚ ਕਿ ਜੀ ਮਰੀਮ ਨੇ ਆਉਣਾ ਹੈ ਜਿੱਦੇ ਤੇ ਬੱਚਿਆਂ ਨੇ ਤੇ ਉਹਨਾਂ ਦੇ ਮਾਂ ਪਿਓ ਨੇ ਅੱਗੋਂ ਇਤਜਾਜ ਕੀਤਾ ਜਿਸ ਤੋਂ ਬਾਅਦ ਮਰੀਮ ਸਾਹਿਬਾ ਨੂੰ ਕੈਨਸਲ ਕਰਨਾ ਪਿਆ ਤੇ ਇਹ ਗੱਲਾਂ ਮੰਨ ਕੇ ਵਿੱਚ ਬਰੀਕ ਵਾਰਦਾਤ ਪਾ ਰਨੇ ਕਿ ਬਾਜੀ ਜਿਹੜੀ ਹੈ ਨਾ ਮਸਰੂਫ ਬੜੀ ਸੀ ਹੁਣ ਤੁਸੀਂ ਆਪ ਮੈਨੂੰ ਦੱਸੋ ਕਿ ਲਾਹੌਰ ਦਾ ਕੋਈ ਘਰ ਛੱਡਿਆ ਬਾਜੀ ਨੇ ਵੀ ਜਿੱਥੇ ਜਾ ਕੇ ਪੁੱਛਦੀ ਨਹੀਂ ਫਿਰਦੀ ਕਿ ਤੁਹਾਨੂੰ ਉਹ ਮਿਲ ਗਿਆ ਥੈਲਾ ਜਿੱਤੇ ਮੇਰੇ ਅੱਬੇ ਦਾ ਬੂਥਾ ਲੱਗਾ ਹੋਇਆ ਜਾਂ ਪੁੱਛਦੀ ਫਿਰਦੀ ਆਰਥਾਂ ਤੋਂ ਮੈਂ ਆਪਕੇ ਲਈ ਕੀ ਕਰ ਸਕਤੀ ਹਾਂ ਮੈਂ ਆਪਕੇ ਲਈ ਕੀ ਕਰ ਸਕਤੀ ਹਾਂ ਵੀ ਬਾਜੀ ਤੇਰਾ ਕੰਮ ਪੁੱਛਣਾ ਨਹੀਂ ਹੈ ਲੋਕਾਂ ਨੂੰ ਮੈਂ ਆਪਕੇ ਲਈ ਕੀ ਕਰ ਸਕਤੀ ਹੂੰ ਤੂੰ ਉਂਡ ਚਲੋ ਝੂਠੀ ਸੱਚੀ ਥੀਫ ਮਨਿਸਟਰ ਬਣ ਗਈ ਹੈ ਚੋਰ ਮਨਿਸਟਰ ਬਣ ਗਈ ਹੈ ਤੇ ਹੁਣ ਉਹ ਲੋਕਾਂ ਨੂੰ ਹੈਲਥ ਐਜੂਕੇਸ਼ਨ ਜਿਹੜਾ ਆਪਣਾ ਸਿਹਤ ਕਾਰਡ ਹੈ ਉਹ ਲੋਕਾਂ ਨੂੰ ਦੇ ਲੋਕਾਂ ਦੇ ਮਸਲੇ ਪੁੱਛਦੀ ਫਿਰਦੀ ਹੈ ਮੈਂ ਤੁਹਾਡੇ ਲਈ ਕੀ ਕਰਾਂ ਹੁਣ ਜੇ ਅਗੋਂ ਕੋਈ ਸਹੀ ਬੰਦਾ ਟੱਕਰ ਗਿਆ ਤਾਂ ਉਹਨੇ ਕਿਸ ਦਿਨ ਆਖ ਦੇਣਾ ਹੈ ਕਿ ਬਾਜੀ ਪਹਿਲਾ ਕੰਮ ਤੇ ਕਰ ਲੁੱਟੇ ਹੋਏ ਪੈਸੇ ਵਾਪਸ ਕਰ ਦੇ ਦੂਜਾ ਕੰਮ ਕਰ ਵੀ ਜਿਹੜੀ ਲੰਡਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਪ੍ਰਾਪਰਟੀ ਨਹੀਂ ਹੁਣ ਅਰਬਾਂ ਦੀ ਪ੍ਰਾਪਰਟੀ ਨਿਕਲ ਆਈ ਉਹ ਵਾਪਸ ਕਰ ਦੇ ਕਤਰੀ ਖਤ ਉਂਠਾਂ ਦੇ ਭੇਜਿਆ ਹੋਇਆ ਪੈਸਾ ਉਹ ਸਾਰਾ ਮਾਮਲਾ ਵਾਪਸ ਕਰੋ ਤੇ ਇਹ ਜਿਹੜੀ ਚੋਰੀ ਦੀ ਹਕੂਮਤ ਕਾਇਮ ਕੀਤੀ ਹੈ ਸਾਰਾ ਮੈਂਡੇਟ ਵੀ ਸਾਨੂੰ ਵਾਪਸ ਕਰੋ ਤੁਸੀਂ ਤੇ ਆ ਆ ਰਹੇ ਹੋ ਕਿੱਥੋਂ ਤੀਫ ਮਿਨਿਸਟਰ ਬਣੇ ਹੋ ਇਹ ਕਿਸੇ ਦਿਨ ਹੋ ਕਿਸੇ ਨਾ ਕਿਸੇ ਨੇ ਆਖ ਦੇਣਾ ਤੇ ਲੋਂਡਾ ਲਪੜਾ ਜੀ ਆਖ ਡਏ ਨੇ ਵੀ ਉਹ ਬਾਜੀ ਜਿਹੜੀ ਲੂਰ ਲੂਰ ਥਾਂ ਥਾਂ ਫਿਰਦੀ ਹੈ ਮਤਲਬ ਕਿ ਉਹਨੂੰ ਹੋਰ ਕੰਮ ਹੀ ਕੋਈ ਨਹੀਂ ਸਾਰਾ ਦਿਨ ਫਿਰਨ ਤੋਂ ਉਹਨੇ ਐਚੀ ਸੰ ਨੂੰ ਕਹਿਤਾ ਵੀ ਨਹੀਂ ਮੈਂ ਵੇਲੀ ਨਹੀਂ ਆਖਰ ਸੋਚ ਕੇ ਬਾਜੀ ਨੇ ਆਖਿਆ ਹੁਣਾਂ ਤੇ ਮੈਂ ਸ਼ਾਦਰੇ ਤਿੰਨਾ ਕਰਾਂ ਜਾਣਾ ਹੈ ਵਿਕੋ ਮੈਂ ਪੰਜਾਂ ਜਨਾਨੀਆਂ ਨੂੰ ਜਾ ਕੇ ਜੱਫੀ ਲਾਉਣੀ ਜਿਹਨਾਂ ਨੂੰ ਪੁੱਛਣਾ ਵੀ ਆਟੇ ਦੇ ਤੁਹਾਨੂੰ ਤੋੜਾ ਲੱਭਾ ਕਿ ਨਹੀਂ ਉਹਦੇ ਆਸਤੇ ਮੈਂ ਸ਼ਾਲੀ ਮਾਰਦੇ ਇਲਾਕੇ ਜਾਣਾ ਫਿਰ ਬਾਜੀ ਨੇ ਆਖਿਆ ਆਉਣਾ ਮੈਂ ਕਿਸੇ ਦੋ ਤਿੰਨ ਬੇਕਰੀਆਂ ਦਾ ਚੱਕਰ ਵੀ ਲਾਉਣਾ ਉੱਥੇ ਮੈਂ ਫਰੀ ਦੀਆਂ ਪੇਸਟਰੀਆਂ ਵੀ ਜਾਂਦੀਆਂ ਜਾਂਦੇ ਹੋਏ ਖਾਣਾ ਤੇ ਮੈਂ ਬੜੀ ਮਸਰੂਫ ਹੈ ਮੈਂ ਨਹੀਂ ਅੱਜ ਚੀਜ਼ਾਂ ਜਾ ਸਕਦੀ ਹਾਲਤ ਇਹਨਾਂ ਲੌਂਡੇ ਲਪਾੜਿਆਂ ਦੀ ਵੇਖੋ ਇੱਕ ਕੌਮ ਸਾਰੀ ਨੂੰ ਚੇ ਹੀ ਸਮਝਦੇ ਨੇ ਹੁਣ ਚੇ ਨਾ ਤੁਹਾਡੀ ਮਰਜ਼ੀ ਹੈ ਜੋ ਮਰਜ਼ੀ ਸਮਝੋ ਮਤਲਬ ਕਹਿਣ ਦਾ ਜ਼ਰੂਰੀ ਪੜਾ ਲਫ਼ਜ਼ ਨਹੀਂ ਹੁੰਦਾ ਉਹ ਤੁਸੀਂ ਆਪਣੀ ਮਰਜ਼ੀ ਨਾਲ ਫਿੱਟ ਕਰਨਾ ਇਹ ਉਰਦੂ ਦਾ ਇੱਕ ਹਰੂਫੇ ਤਹਿਜੀ ਹੈ ਉਹਨਾਂ ਆਪਣੀ ਮਰਜ਼ੀ ਨਾਲ ਫਿੱਟ ਕਰੋ ਜਿਹੜਾ ਫਿੱਟ ਹੁੰਦਾ ਤੁਹਾਡੇ ਕੋਲੋਂ ਤੇ ਇਹ ਲੌਂੜਾ ਲਪਾੜਾ ਜੀ ਪੂਰੀ ਕੌਮ ਨੂੰ ਬੇਵਕੂਫੀ ਸਮਝਦੇ ਨੇ ਇੰਝ ਲੱਗਦਾ ਵੀ ਅਸੀਂ ਗੁੰਗਲੂ ਹੀ ਖਾਦੇ ਨੇ ਸਾਰਿਆਂ ਨੇ ਸਾਨੂੰ ਤੇ ਕੋਈ ਅਕਲ ਨਹੀਂ ਹੈਗੀ ਇਸ ਆਸਤੇ ਤੁਹਾਨੂੰ ਮੈਂ ਸਿਰਫ ਦੱਸਣਾ ਪੀ ਇਹਦੇ ਲਫਾਫੇ ਇਹਨਾਂ ਦੀ ਜ਼ਿੰਦਗੀ ਵੇਖੋ ਪੀ ਇਹਨਾਂ ਦੀ ਜ਼ਿੰਦਗੀ ਇਸ ਕੰਮ ਤੇ ਹੈ ਕਿ ਜਦੋਂ ਬਾਜੀ ਦੀ ਬਿਜ਼ਤੀ ਹੋਵੇ ਤੇ ਉਹ ਧੋਣ ਇਹਨਾਂ ਨੇ ਧੋਣਾ ਤੇ ਉਹਦੇ ਆਸਤੇ ਝੂਠ ਮਾਰ ਦੇਣਾ ਤੇ ਐਡੇ ਪੱਕੇ ਪੈਰੀ ਝੂਠ ਮਾਰਨਾ ਕਿ ਹਰ ਸ਼ੱਕ ਕੱਢ ਕੇ ਰੱਖ ਦੇਣੀ ਔਰ ਉੱਥੇ ਫਿਰ ਜਲ ਉੱਥੇ ਕੋਈ ਬੱਚਾ ਸੀ ਗਿਲਾਨੀ ਉਹਨੂੰ ਜਦੋਂ ਅਵਾਰਡ ਮਿਲ ਰਿਹਾ ਸੀ ਉੱਥੇ ਨਿਆਜ਼ੀ ਦੇ ਨਾਰੇ ਲੱਗੇ ਤੇ ਹੁਣ ਜਦੋਂ ਵੀਡੀਓ ਸੁਣਾਉਂਦਾ ਲੋਂਡਾ ਲਪਾੜਾ ਤੇ ਉਹ ਵਾਜ਼ੇ ਤੁਹਾਨੂੰ ਕੰਨਾਂ 'ਚ ਪਤਾ ਲੱਗਦਾ ਕਿ ਉਹ ਨਿਆਜ਼ੀ ਆਖਣ ਡਏ ਨੇ ਪਰ ਕਿਉਂਕਿ ਲਫਾਫੇ ਨੇ ਅੱਖਾਂ ਅਨੀਆਂ ਕੀਤੀਆਂ ਨੇ ਨੇਹਰ ਹੋਇਆ ਪੂਰੇ ਦਾ ਪੂਰਾ ਤੇ ਲੋਂਡਾ ਲਪਾੜਾ ਜਿਹੜੇ ਆਖਣ ਡੈ ਨਹੀਂ ਉਹ ਗਿਲਾਨੀ ਦੇ ਨਾਰੇ ਵੱਜਣ ਡਏ ਨੇ ਤੇ ਬਹਰਾਲ ਮੁਬਾਰਕ ਹੋਏ ਤੁਹਾਨੂੰ ਜੀ ਏਡੀ ਜ਼ਿਆਦਾ ਚਾਪਲੂਸੀ ਕਰਨਾ ਤੇ ਏਡੀ ਪਾਲਿਸ਼ ਮਾਰਨਾ ਬਹਰਾਲ ਬਾਜੀ ਮਰੀਮ ਦੀ ਬਸਤੀ ਗਈ ਇਹ ਹੋ ਸਾਰੇ ਜਹਾਨ ਨੂੰ ਪਤਾ ਵੀ ਬਾਜੀ ਤੇ ਵਹਿਲੀ ਉਹਨੂੰ ਤੇ ਕੋਈ ਸੱਦੇ ਤੇ ਬਾਜੀ ਅਪੜ ਜਾਂਦੀ ਏ ਉਹਦੇ ਲੋਕਾਂ ਦੇ ਘਰਾਂ ਚੱਪੜ ਦੀ ਫਿਰਦੀ ਜਿੱਥੇ ਰਾਸ਼ਨ ਦਾ ਅਜੇ ਗੁੱਥੀ ਨਹੀਂ ਅਪੜੀ ਮਤਲਬ ਬੋਰੀ ਨਹੀਂ ਅਪੜੀ ਬਾਜੀ ਉੱਥੇ ਪੜ ਜਾਂਦੀ ਏ ਪਹਿਲਾਂ ਤੇ ਇਹ ਹੁਣ ਕੰਮ ਨਹੀਂ ਚੱਲਣਾ ਲੋਂਡਾ ਲਪਾੜਾ ਜੀ ਕਿ ਬਾਜੀ ਮਸਰੂਫ ਬੜੀ ਸੀ ਸਾਰੇ ਜਹਾਨ ਨੂੰ ਪਤਾ ਵੀ ਬਾਜੀ ਨੂੰ ਨਾ ਕੋਈ ਕੰਮ ਆਉਂਦਾ ਤੇ ਨਾ ਬਾਜੀ ਨੂੰ ਕੋਈ ਕੰਮ ਹੈ ਬਾਜੀ ਸਾਰਾ ਦਿਨ ਲੂਰ ਲੂਰ ਫਿਰਦੀ ਏ ਇਸ ਤੋਂ ਇਲਾਵਾ ਕੰਮ ਕੋਈ ਨਹੀਂ ਅਗਲੀ ਵਾਰੀ ਝੂਠ ਮਾਰਨਾ ਹੋਇਆ ਤੇ ਜ਼ਰਾ ਪੈਰ ਬਨ ਕੇ ਝੂਠ ਮਾਰਨਾ ਹੈ ਹੋਰ ਤਿਆਰੀ ਕਰਕੇ ਮਾਰਨਾ ਹੈ ਹੁਣ ਸੋਸ਼ਲ ਮੀਡੀਆ ਦਾ ਜ਼ਮਾਨ ਆਵਾਮ ਕਰਦੀਏ ਮੌਕੇ ਤੇ ਜੁਰਮਾਨਾ ਤੇ ਸੋਸ਼ਲ ਮੀਡੀਆ ਦੇ ਉੱਤੇ ਚਤਰਾਲ ਲੋਜੀ ਇਸ ਚੈਨਲ ਨੂੰ ਅਨ ਸਬਸਕ੍ਰਾਈਬ ਕਰੋ ਅਗੇ ਵੀ ਵਿਦਆਉ ਤੇ ਮੈਨੂੰ ਇਜਾਜ਼ਤ ਦਿਓ ਰੱਬ ਰਾਖਾ